ਹਾਂਜੀ ਰੇਡੀਓ ਹਾਂਜੀ 1674 ਏਐਮ ਤੁਸੀਂ ਇੰਜੋਏ ਕਰ ਰਹੇ ਹੋ ਐਂਡ ਦਿਸ ਇਜ਼ ਯੋਰ ਆਪਣਾ ਆਰਜੇ ਪੁਨੀਤ ਐਂਡ ਸ਼ੋਅ ਚੱਲਦਾ ਪਿਆ ਸੈਟਰਡੇ ਸਪੈਸ਼ਲ ਸ਼ੋਅ। ਫਿਲਹਾਲ ਜਿਹੜਾ ਬਹੁਤ ਹੀ ਪਿਆਰਾ ਜਿਹਾ ਗਾਣਾ ਤੁਸੀਂ ਇੰਜੋਏ ਕੀਤਾ, ਮਨ ਵਿੱਚ ਵਸਣਾ, ਅ ਟ੍ਰਿਬਿਊਟ ਟੂ ਦਿਲਸ਼ਾਦ ਅਖਤਰ ਜੀ ਬਾਏ ਨਵਜੀਤ ਕਾਲੋ ਜੀ। ਕਿਆ ਬਾਤ ਹੈ ਵਿਸ਼ਾਲ ਜੀ, ਕਿਵੇਂ ਲੱਗਾ? ਬਹੁਤ ਸੋਹਣਾ ਗਾਣਾ, ਆਪਣੇ ਆਪ ਦੇ ਵਿੱਚ ਹੀ ਗਾਣਾ ਇਤਿਹਾਸ ਦੇ ਕਈ ਪੰਨੇ ਫਰੋੜਦਾ, ਕਿਉਂਕਿ ਇੱਕ ਸਿੰਗਰ ਨਹੀਂ ਹੁਣ ਤੱਕ ਕਈ ਸਿੰਗਰਸ ਨੇ ਜਿਹੜੀ ਟ੍ਰਿਬਿਊਟ ਦਿੱਤੀ ਆ ਮਨ ਵਿੱਚ ਵਸਦਾ ਸੱਜਣਾ। ਸੋ ਬਹੁਤ ਹੀ ਇੱਕ ਬੜਾ ਪਿਆਰਾ ਗਾਣਾ, ਅਤੇ ਹਰ ਵਾਰੀ ਜਿੱਦਾਂ ਹੁਣ ਮੈਂ ਨਵਜੀਤ ਬਾਈ ਜੀ ਦਾ ਸੁਣਿਆ ਹੈ ਨਾ, ਤਾਂ ਲੱਗਦਾ ਕਿ ਇਨਸਾਫ਼ ਹੋਇਆ ਉਸ ਗਾਣੇ ਦੇ ਨਾਲ, ਜਿੰਨੇ ਵਧੀਆ ਤਰੀਕੇ ਨਾਲ ਬਾਖੂਬੀ ਤਰੀਕੇ ਨਾਲ ਬਾਈ ਹੁਣਾਂ ਨੇ ਗਾਇਆ। ਅਤੇ ਬਾਈ ਹੁਣੀ ਸਾਡੇ ਨਾਲ ਵੀ ਆ ਚੁੱਕੇ ਨੇ, ਕਰਦੇ ਇਹਨਾਂ ਨੂੰ ਆਨਰ। ਵੈਲਕਮ ਨਵਜੀਤ ਕਾਲੋ ਬਾਈ ਜੀ ਟੂ ਰੇਡੀਓ ਹਾਂਜੀ ਆਸਟ੍ਰੇਲੀਆ, ਸਤਿ ਸ਼੍ਰੀ ਅਕਾਲ। ਥੈਂਕ ਯੂ ਵੈਰੀ ਮੱਚ ਜੀ, ਸਤਿ ਸ਼੍ਰੀ ਅਕਾਲ ਜੀ ਭਾਜੀ, ਅਤੇ ਰੇਡੀਓ ਹਾਂਜੀ ਸੁਣਨ ਵਾਲੇ ਸਾਰੇ ਲਿਸਨਰਸ ਨੂੰ ਮੇਰੇ ਵੱਲੋਂ ਇੱਕ ਵਾਰ ਦੁਬਾਰਾ ਤੋਂ ਸਤਿ ਸ਼੍ਰੀ ਅਕਾਲ ਅਤੇ ਥੈਂਕ ਯੂ ਵੈਰੀ ਮੱਚ ਅਖਤਰ ਸਾਹਿਬ ਦੇ ਬੋਲ ਮੇਰੇ ਕੰਨਾਂ ਦੇ ਵਿੱਚ ਹੈ ਨਾ, ਕਿਤੇ ਨਾ ਕਿਤੇ ਗੂੰਜਦੇ ਰਹਿੰਦੇ ਸੀ ਉਹ, ਤੇ ਮੈਂ ਸੁਣਦਾ ਰਹਿੰਦਾ ਸੀ ਉਹਨਾਂ ਦਾ ਗੀਤ। ਤੇ ਉਦੋਂ ਤੋਂ ਹੀ ਮੈਂ, ਜਿਵੇਂ ਆਪਾਂ ਕਹਿੰਦੇ ਨਾ, ਜਿੱਦਾਂ ਦੀ ਚੀਜ਼ ਵੇਖੀਏ ਹੈ ਨਾ, ਜਿੱਦਾਂ ਦੀ ਚੀਜ਼ ਨੂੰ ਆਪਾਂ ਸੁਣੀਏ ਆਪਾਂ ਉਦਾਂ ਦੇ ਗਾਉਣ ਦਾ ਆਪਾਂ ਮਨ ਕਰਦਾ ਹੈ ਨਾ। ਤੇ ਮੈਨੂੰ ਸ਼ੁਰੂ ਤੋਂ ਇੱਛਾ ਸੀ, ਮੈਂ ਬਚਪਨ ਦਾ ਮੇਰਾ ਫੇਵਰੇਟ ਗਾਣਾ ਹੈ ਜੀ, ਤੇ ਮੈਨੂੰ ਸੀਗਾ ਕਿਤੇ ਨਾ ਕਿਤੇ ਹਰ ਟਾਈਮ ਮਨ 'ਚ ਹੁੰਦਾ ਸੀ ਕਿ ਮੈਂ ਇਹ ਗਾਣਾ ਗਾਉਣਾ ਜੀ ਜੀ। ਤੇ ਉਹ ਸ਼ਾਇਦ ਮਾਲਕ ਨੇ ਆ ਟਾਈਮ ਬਣਾਇਆ ਹੋਇਆ ਸੀ ਨਾ, ਕੀ ਆ ਕੀ ਮੈਂ ਸੋਚ ਬੜੇ ਸਾਲਾਂ ਤੋਂ ਰਿਹਾ ਸੀ ਇਹ, ਬਟ ਇੱਕ ਸਬੱਬ ਨਹੀਂ ਸੀ ਬਣ ਰਿਹਾ ਗੀਤ ਰਿਕਾਰਡ ਕਰਨ ਦਾ। ਹਾਂਜੀ ਹਾਂਜੀ। ਸੋ ਵੀਰ ਜੀ, ਹੁਣ ਜਿਹੜੀ ਆਏ ਤੁਸੀਂ ਇੰਨੇ ਚਿਰ ਬਾਅਦ ਆਏ, ਇੰਨੇ ਟਾਈਮ ਬਾਅਦ ਆਏ, ਕਿਉਂ ਇੰਨਾ ਟਾਈਮ ਲਾਤਾ ਇੱਕ ਨਵੇਂ ਟਰੈਕ ਵਾਸਤੇ? ਨਹੀਂ ਟਾਈਮ ਤਾਂ ਨਹੀਂ ਜੀ, 4 ਮਹੀਨੇ ਹੁਣ ਐਕਚੁਅਲੀ ਮੇਰਾ ਫਰਜ਼ੀ ਜਲਾਸਟ ਗਾਣਾ ਜੀ ਕਰਮਾ ਨੂੰ। ਬਿਲਕੁਲ ਕਰਮਾ ਨੂੰ ਹਨਾ ਜੀ, ਪਰ ਉਸ ਅੱਜ ਦੇ ਟਾਈਮ ਨਾਲ ਵੇਖੇ ਤਾਂ ਜੀ ਬਹੁਤ ਲੇਟ ਆ, ਕਿਉਂਕਿ ਹਾਂਜੀ ਕਿਉਂਕਿ ਹੁਣ ਸਾਨੂੰ ਆਦਤ ਪਈ ਨਾ, 30 ਦਿਨਾਂ ਬਾਅਦ ਜੇ ਟਰੈਕ ਨਾ ਆਵੇ ਲੱਗ ਜਾਂਦਾ ਆਰਟਿਸਟ ਪਤਾ ਨਹੀਂ ਕਿੱਥੇ ਚਲਾ ਗਿਆ। ਬਿਲਕੁਲ, ਆਪਾਂ ਨਾ ਜੀ ਰੋਜ਼ ਕਿਸੇ ਵੱਲ ਦੋਸਤ ਵੱਲ ਵੀ ਚੱਲ ਜਾਈਏ ਨਾ, ਚੌਥੇ ਦਿਨ ਉਹ ਵੀ ਅੱਕ ਜਾਂਦਾ ਰਿਸ਼ਤੇਦਾਰ ਦੇ ਚੱਲ ਜਾਈਏ, ਥੋੜਾ ਜਿਹਾ ਗੈਪ ਜ਼ਰੂਰੀ ਹੈ। ਬਿਲਕੁਲ, ਤੇ ਨਵਜੀਤ ਬਾਜੀ ਤੁਸੀਂ ਦੱਸਿਆ ਕਿ ਬਚਪਨ ਚ ਵੀ ਤੁਸੀਂ ਇਹ ਗਾਣਾ ਗਾਉਂਦੇ ਰਹਿੰਦੇ ਸੀ, ਇੱਕ ਵਾਰ ਸਾਡੇ ਸਾਰਿਆਂ ਦੇ ਲਿਸਨਰਸ ਵਾਸਤੇ ਇਹ ਗਾਣਾ ਹੋ ਜਾਵੇ ਤੁਹਾਡੇ ਮੂੰਹੋਂ ਸੁਰੀਲੀ ਆਵਾਜ਼ ਦੇ ਵਿੱਚ। ਹਾਂਜੀ, ਮੈਂ ਉਸ ਪਿੱਚ ਤੇ ਤਾਂ ਨਹੀਂ ਜੀ, ਮੈਂ ਹਲੇ ਇਸ ਟਾਈਮ ਮੈਂ ਗੱਡੀ 'ਚ ਬੈਠਾ ਹੋਇਆ ਜੀ, ਤੇ ਮੈਂ ਤੁਹਾਨੂੰ ਸੁਣਾਉਣਾ ਉਹਦੇ ਮੇਨ ਬੋਲ। ਮਨ ਵਿੱਚ ਵਸਣਾ ਸੱਜਣਾ ਵੇ ਰਹਿਣਾ, ਅੱਖੀਆਂ ਤੋਂ ਦੂਰ ਤੂੰ ਕੀ ਜਾਣੇ, ਸੱਜਣਾ ਮੈਂ ਇੱਥੇ ਕਿੰਨੀ ਮਜਬੂਰ, ਮਨ ਵਿੱਚ ਵਸਣਾ। ਕਿਆ ਬਾਤ ਹੈ ਜੀ, ਬਹੁਤ ਖੂਬ ਬਹੁਤ ਖੂਬ ਜੀ, ਬਹੁਤ ਬਹੁਤ ਸੋਹਣਾ ਗਾਇਆ। ਸੋ ਬਾਈ ਜੀ, ਜੇ ਮੈਂ ਪੁੱਛਾਂ ਕਿ ਜਿੱਦਾਂ ਹੁਣੇ ਹੁਣੇ ਮੇਰਾ ਨਿਕਲ ਕੇ ਗਿਆ ਸਵਾਲ, ਕਿ ਮੈਂ ਤੁਹਾਨੂੰ ਪੁੱਛਿਆ ਕਿ ਇੰਨਾ ਟਾਈਮ ਕਾਹਤੇ ਲਾਤਾ, ਕਿਉਂਕਿ ਹੁਣ ਤੁਹਾਨੂੰ ਪਤਾ ਕੋਈ ਵੀ ਸਿੰਗਲ ਟਰੈਕ ਆਉਂਦਾ, ਕੋਈ ਵੀ ਨਵਾਂ ਮੁੰਡਾ ਆਉਂਦਾ, ਤੇ ਉਹ ਮਹੀਨੇ ਬਾਅਦ ਗਾਣਾ ਕੱਢਣ ਦੀ ਕੋਸ਼ਿਸ਼ ਕਰਦੇ ਕਰਦੇ, ਸੋ ਇਹ ਜਿਹੜੀ ਦੌੜ ਲੱਗੀ ਪਈ ਹੈ ਵੀ ਛੇਤੀ ਤੋਂ ਛੇਤੀ ਅਗਲਾ ਸਿੰਗਲ ਟਰੈਕ ਕੱਢ ਦਿਓ, ਕਿੱਥੋਂ ਤੱਕ ਵਧੀਆ ਗੱਲ? ਦੇਖੋ, ਨਾ ਤਾਂ ਮੇਰੇ ਕੋਲ ਹਰੇਕ ਮਹੀਨੇ ਕਰਨ ਦੇ ਪੈਸੇ ਹੈਗੇ। ਹਾਂਜੀ ਹਾਂਜੀ, ਬੇਸਿਕਲੀ ਕੀ ਹੈ, ਕੀ ਚੀਜ਼ ਹੁੰਦਾ ਬਾਈ, ਕਿ ਜੇ ਆਪਾਂ ਹਰੇਕ ਮਹੀਨੇ ਕਰਨ ਲੱਗ ਜਾਈਏ ਨਾ ਗਾਣਾ, ਮੈਨੂੰ ਲੱਗਦਾ ਆਪਾਂ ਕਿਤੇ ਨਾ ਕਿਤੇ ਮੈਨੂੰ ਕੁਆਲਿਟੀ ਤੇ ਕੰਪਰੋਮਾਈਜ਼ ਹੋਣ ਲੱਗ ਜੂਗਾ, ਮੈਨੂੰ ਸੋਚਣ ਦਾ ਟਾਈਮ ਨਹੀਂ ਮਿਲੂਗਾ। ਜੇ ਮੈਂ ਹੁਣ ਟਾਈਮ ਲੈ ਰਿਹਾ, ਐਟਲੀਸਟ ਮੈਨੂੰ ਕੋਲ ਚੋਇਸ ਹੋ ਜਾਂਦੀ ਹੈ ਨਾ, ਮੇਰੇ ਕੋਲ ਗਾਣੇ ਹੋਰ ਮੇਰੇ ਕੋਲ ਆ ਜਾਂਦੇ ਨੇ, ਤੇ ਫਿਰ ਮੈਨੂੰ ਸੋਚਣ ਦਾ ਟਾਈਮ ਮਿਲ ਜਾਂਦਾ, ਤੇ ਸ਼ਾਇਦ ਇੱਕ ਇਹੀ ਰੀਜ਼ਨ ਆ। ਤੇ ਬਾਕੀ ਜਿਵੇਂ ਪਲਾਨ ਮੇਰੇ ਹੀ ਹੁੰਦੇ ਨੇ ਕਿ ਹਰੇਕ ਦੂਜੇ ਮਹੀਨੇ ਮੈਂ ਗਾਣਾ ਕਰਾਂ, ਬਟ ਜਿਵੇਂ ਪਲਾਨਸ ਅਕੋਰਡਿੰਗਲੀ, ਤੇ ਕਈ ਵਾਰ ਮੈਨੂੰ ਉਹਨਾਂ ਪਲਾਨਸ ਚੇਂਜ ਕਰਨੇ ਪੈਂਦੇ ਸਮੇਂ ਅਨੁਸਾਰ। ਜਿਵੇਂ ਇਸ ਗੀਤ ਦਾ ਬਿਲਕੁਲ ਵੀ ਕੋਈ ਪਲਾਨ ਨਹੀਂ ਸੀਗਾ, ਮੈਂ ਕੋਈ ਹੋਰ ਗਾਣਾ ਸੀ, ਚਲੋ ਮੈਂ ਪਲਾਨ ਕੀਤਾ ਹੋਇਆ ਕਿ ਮੈਂ ਮੈਲਬਰਨ ਸ਼ੂਟ ਕਰਨਾ, ਤੇ ਉਹ ਬਾਈ ਚਾਂਸ ਉਹ ਗਾਣਾ ਮੇਰਾ ਡਿਲੇ ਹੋ ਗਿਆ, ਤੇ ਇਹ ਵਾਲੇ ਗਾਣੇ ਦਾ ਸਬੱਬ ਬਣ ਗਿਆ। ਤੇ ਸਟੂਡੀਓ ਬੈਠੇ ਸੀਗੇ, ਮੈਂ ਲਾਸਟ ਮੰਥ ਮੈਂ ਇੰਡੀਆ ਸੀਗਾ, ਤੇ ਉਹ ਸਟੂਡੀਓ ਬੈਠੇ ਸੀ, ਤੇ ਮੈਂ ਕੋਈ ਵੈਸੇ ਕੋਈ ਹੋਰ ਗਾਣਾ ਕਰਨ ਦੀ ਪਲੈਨਿੰਗ ਸੀ, ਤੇ ਮੇਰਾ ਨਾਲ ਮੁੰਡਾ ਜਿਹੜੇ ਸਾਡੇ ਗਰੁੱਪ ਦਾ ਹੈਗਾ ਗੈਰੀ, ਕਹਿੰਦਾ ਭਾਜੀ ਤੁਸੀਂ ਆਹ ਗਾਣਾ ਕਿਉਂ ਨੀ ਕਰਦੇ ਹਨਾ, ਤੇ ਮੈਂ ਕਿਹਾ ਓਕੇ, ਮੈਂ ਮੁੰਡਾ ਨਵਾਂ ਸੀ ਜਿਹਨੇ ਮਿਊਜ਼ਿਕ ਕੀਤਾ, ਪਰ ਉਹਨੇ ਮਿਊਜ਼ਿਕ ਨਾਲ ਇੰਨੀ ਕੁ ਜ਼ਿਆਦਾ ਇਨਸਾਫੀ ਕੀਤੀ ਆ, ਤੇ ਮੈਂ ਹਲੇ ਸੀਗਾ ਸੋਚਦਾ ਸੀਗਾ ਕਿ ਮੈਂ ਕਿਹਾ ਉਹਨੂੰ ਉੱਦਾਂ ਦਾ ਹੀ ਮਿਊਜ਼ਿਕ ਰੱਖਾਂਗੇ ਜਿੱਦਾਂ ਪਹਿਲਾਂ ਸੀ। ਕਹਿੰਦਾ ਜੀ, ਕਹਿੰਦਾ ਭਾਜੀ ਮੈਂ ਕੁਛ ਟਰਾਈ ਕਰਕੇ ਦੇਖ ਲਾ। ਮੈਂ ਕਿਹਾ ਚਲੋ ਤੁਸੀਂ, ਕਿਉਂਕਿ ਮੇਰੀ ਨਾ ਇੱਕ ਆਦਤ ਹੈ ਜੀ, ਜਦੋਂ ਵੀ ਮੈਂ ਕਿਸੇ ਨਾਲ ਵੀ ਕੰਮ ਕਰਦਾ, ਮਿਊਜ਼ਿਕ ਡਾਇਰੈਕਟਰ ਜਾਂ ਵੀਡੀਓ ਡਾਇਰੈਕਟਰ ਨਾਲ, ਮੈਂ ਇੰਟਰਫੇਅਰ ਨਹੀਂ ਕਰਦਾ ਕੰਮ 'ਚ, ਬਸ ਮੈਂ ਆਪਣੇ ਵੱਲੋਂ ਆਪਣੀ ਇੱਕ ਦੱਸ ਦਿੰਦਾ ਕਿ ਮੈਂ ਚਾਹੁੰਦਾ ਥੋੜਾ ਜਿਹਾ ਕਿੱਦਾਂ ਦਾ ਹੋਵੇ, ਬਟ ਜਦੋਂ ਉਹ ਬਣਾ ਕੇ ਮੈਨੂੰ ਦਿੰਦੇ ਨੇ, ਜੇ ਮੈਨੂੰ ਨਾ ਪਸੰਦ ਆਵੇ ਉਸ ਤੋਂ ਬਾਅਦ ਮੈਂ ਕਹਿੰਦਾ ਕਿ ਨਹੀਂ ਇਹਦੇ 'ਚ ਆਹ ਚੇਂਜਸ ਕਰ ਲਓ ਜੀ, ਆਹ ਕਰ ਲਓ। ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਖੁੱਲੀ ਛੁੱਟੀ ਦਿੰਦਾ ਕਿ ਤੁਹਾਨੂੰ ਜਿੱਦਾਂ ਦਾ ਜੀ ਕਰ ਤੁਸੀਂ ਉਦਾਂ ਦਾ ਬਣਾਓ, ਸ਼ਾਇਦ ਇੱਕ ਇਹੀ ਰੀਜ਼ਨ ਹੈ ਕਿ ਮਿਊਜ਼ਿਕ ਉਹਨੇ ਬਹੁਤ ਸੋਹਣਾ ਕੀਤਾ। ਤੇ ਨਵਜੀਤ ਵੀਰ ਜੀ, ਕੀ ਇਸ ਗਾਣੇ ਦੀ ਵੀਡੀਓ ਵੀ ਦੇਖਣ ਨੂੰ ਮਿਲੇਗੀ?
ਮੇਰਾ ਜੀ ਬਹੁਤ ਕਰਦਾ ਜੀ ਹਨਾ, ਤੇ ਮੈਂ ਕਿਉਂਕਿ ਮੈਂ ਇਸ ਗਾਣੇ ਨਾਲ ਮੈਂ ਆਪ ਇਮੋਸ਼ਨਲੀ ਬਹੁਤ ਅਟੈਚ ਹਾਂ ਇਸ ਗਾਣੇ ਨਾਲ, ਕਿਉਂਕਿ ਗਾਣਾ ਜਦੋਂ ਵੀ ਏਦਾਂ ਦਾ ਗਾਣਾ ਕਿ ਵੈਸੇ ਗਾਉਂਦੇ ਗਾਉਂਦੇ ਨਾ ਲੂੰ ਕੰਡੇ ਖੜੇ ਹੋ ਜਾਂਦੇ ਨੇ ਬਿਲਕੁਲ ਬਿਲਕੁਲ ਹਨਾ, ਮੈਨੂੰ ਕੋਈ ਹੱਸਦਾ ਸੀ ਕਹਿੰਦਾ ਕਿ ਤੁਹਾਡੀ ਕੋਈ ਸਹੇਲੀ ਛੱਡ ਗਈ ਹੋਣੀ ਆ ਤੁਸੀਂ ਤਾਂ ਕਰਨਾ, ਮੈਂ ਕਿਹਾ ਭਰਾਵਾ ਜਦੋਂ ਮਹਾਰਾਜ ਨਵਜੀਤ ਜੀ, ਮੈਨੂੰ ਲੱਗਦਾ ਮੈਂ ਕਿਉਂਕਿ ਪੁੱਛਣਾ ਹੀ ਸੀ ਕਿ ਸੱਚੀ ਤੁਹਾਡੀ ਸਹੇਲੀ ਛੱਡ ਕੇ ਤਾਂ ਨਹੀਂ ਗਈ, ਕਿਉਂਕਿ ਪਹਿਲਾਂ ਵੀ ਜਿੱਦਾਂ ਸੈਡ ਸੌਂਗ ਸੈਡ ਗਾਣੇ ਆਏ ਨੇ, ਵਪਾਰੀ ਨਜ਼ਰ ਉਹ ਸਾਰੇ ਨਾ ਲੱਗਦਾ ਕਿ ਦਿਲ ਤੇ ਸੱਟ ਲੱਗੀ ਸੀ ਇਸ ਕਰਕੇ ਉਹ ਗਾਣੇ ਕੱਢੇ ਗਏ ਨੇ। ਜਿਹੜੇ ਸੈਡ ਰੋਮਾਂਟਿਕ ਗੀਤ ਵੀ ਨੇ ਨਾ ਇਹ ਮੇਰੇ ਖਿਆਲ ਇਹ ਹਰ ਕੋਈ ਨੀ ਗਾ ਸਕਦਾ, ਬਿਲਕੁਲ ਇਹ ਹਰ ਕੋਈ ਨੀ ਗਾ ਸਕਦਾ ਕਿਉਂਕਿ ਮੈਂ ਸ਼ਾਇਦ ਉਦਾਂ ਦੇ ਗਾਣੇ ਸੁਣੇ ਨੇ, ਮੈਂ ਉਦਾਂ ਦੇ ਕਲਾਕਾਰਾਂ ਨੂੰ ਸੁਣੇ ਆ ਤੇ ਉਹ ਵੈਸੇ ਇੱਕ ਰੂਹਦਾਰੀ ਵਾਲੇ ਨੇ, ਹਨਾ ਮੇਰਾ ਜੀ ਕਰਦਾ ਹੁੰਦਾ ਕਿ ਮੈਂ ਇੱਦਾਂ ਚੀਜ਼ ਗਾਵਾਂ। ਇਹ ਉਹ ਗਾਣੇ ਨੇ ਜਦੋਂ ਇਹਨਾਂ ਗੀਤਾਂ ਦੀ ਲਾਈਫ ਬਹੁਤ ਲੰਬੀ ਹੈ, ਬਿਲਕੁਲ ਗਾਣੇ ਆਉਂਦੇ ਨੇ ਉਹ ਤਾਂ ਜੇ ਇੱਕ ਸੀਜ਼ਨ ਚ ਜੇ ਸੀਜ਼ਨਲ ਗਾਣਾ ਹੋਊਗਾ ਵੱਜੂਗਾ ਬੰਦ ਹੋ ਜੂਗਾ ਖਤਮ, ਵੈਸੇ ਵੀ ਅੱਜ ਦੇ ਟਾਈਮ ਦੇ ਵਿੱਚ ਗਾਣੇ ਦੀ ਲਾਈਫ ਹੀ ਬਹੁਤ ਥੋੜੀ ਰਹਿ ਗਈ ਆ, ਬਟ ਇਹ ਗੀਤ ਨੇ ਲੰਬੇ ਗੀਤ ਨੇ ਤੇ ਮੈਨੂੰ ਏਦਾਂ ਦੇ ਗਾਣੇ ਸੁਣਨੇ ਪਸੰਦ ਨੇ, ਮਤਲਬ ਏਦਾਂ ਦਾ ਕੋਈ ਏਦਾਂ ਦਾ ਕੋਈ ਚੱਕਰ ਨੀ ਹੈਗਾ, ਮੈਂ ਵੈਸੇ ਐਵੇਂ ਦਿਲ ਲਾ ਲਿਆ ਵਪਾਰੀਆਂ ਦੇ ਨਾਲ, ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਮੇਨ ਸਬਜੈਕਟ ਹੋਵੇ ਮੁੱਖੜਾ ਹੋਵੇ ਉਹ ਕੈਚੀ ਹੋਵੇ, ਉਹ ਮੁੰਡਾ ਵੀ ਗਾ ਸਕਦਾ ਉਹ ਕੁੜੀ ਵੀ ਗਾ ਸਕਦੀ ਹੈ ਨਾ, ਵੈਸੇ ਆਪਣੀ ਲਾਈਫ ਦੇ ਵਿੱਚ ਆਪਣੇ ਲੋਕ ਏਦਾਂ ਦੇ ਮਿਲ ਜਾਂਦੇ ਨੇ ਆਪਾਂ ਕਹਿੰਦੇ ਨਾ ਜਿਵੇਂ ਅਸੀਂ ਐਵੇਂ ਦਿਲ ਲਾ ਲਿਆ ਵਪਾਰੀਆਂ ਦੇ ਨਾਲ, ਸੋ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਇੰਡਰੈਕਟ ਵੇ ਨਾਲ ਸਾਰਿਆਂ ਨੂੰ ਮੈਂ ਕਵਰ ਕਰਨਾ ਜੀ। ਉਹ ਜਿਹੜੀ ਤੁਸੀਂ ਗੱਲ ਕਹੀ ਕਿ ਸੈਡ ਸੌਂਗ ਹਰ ਕਿਸੇ ਹਰ ਕੋਈ ਨਹੀਂ ਗਾ ਸਕਦਾ, ਉਹਦੇ ਸਾਡੇ ਕੋਲ ਐਗਜ਼ਾਮਪਲ ਹੈ ਇੱਕ ਸਾਡੇ ਪੰਜਾਬੀ ਗਾਇਕੀ ਦੇ ਜਿਹੜੇ ਫਨਕਾਰ ਨੇ ਧਰਮਪ੍ਰੀਤ ਬਾਈ ਜੀ ਹੋਣੀ, ਹਨਾ ਵੀ ਉਹਨਾਂ ਦੇ ਮੂੰਹ ਜਿਹੜੇ ਸੈਡ ਸੌਂਗ ਆਏ ਅੱਜ ਤੱਕ ਮਕਬੂਲ ਨੇ। ਜੇ ਮੈਂ ਤੁਹਾਡੇ ਕੋਲ ਪੁੱਛਾਂ ਕਿ ਨਵਜੀਤ ਗਾਉਂਦੇ ਤੁਸੀਂ ਬਹੁਤ ਸੋਹਣਾ, ਨਵਜੀਤ ਇੱਕ ਰਾਈਟਰ ਵੀ ਹੈ, ਕਿਤੇ ਕਿਤੇ ਲਿਖਣ ਦਾ ਸ਼ੌਂਕ ਵੀ ਹੈਗਾ, ਕੋਈ ਅੱਜ ਤੱਕ ਲਿਖਿਆ ਹੋਵੇ ਜਾਂ ਆਪ ਲਿਖ ਕੇ ਗਿਆ ਹੋਵੇ? ਗੀਤ ਹੈਗੇ ਨੇ ਜੀ, ਮੈਂ ਕਦੀ ਰਿਕਾਰਡ ਨੀ ਹੋਏ ਮੇਰੇ ਆਪਣੇ, ਪਰ ਮੈਨੂੰ ਐ ਲੱਗਦਾ ਜਿਹੜੇ ਮੇਰੇ ਕੋਲ ਗੀਤ ਆ ਜਾਂਦੇ ਨੇ ਉਹ ਰਾਈਟਰ ਤੋਂ ਉਹ ਜ਼ਿਆਦਾ ਵਧੀਆ ਹੁੰਦੇ ਨੇ ਜੀ। ਤੇ ਹਾਂ ਮੈਂ ਆਪਣੇ ਆਈਡੀਆ ਜ਼ਰੂਰ ਸ਼ੇਅਰ ਕਰ ਲੈਂਦਾ ਜਿਹੜੇ ਮੇਰੇ ਨਾਲ ਆਰਟਿਸਟ ਜੁੜੇ ਹੋਏ ਨੇ, ਜਿਵੇਂ ਮੈਂ ਕਰਮਾ ਨੂੰ ਗਾਣਾ ਕੀਤਾ ਸੀਗਾ ਹਨਾ ਜੀ, ਜਿਹੜਾ ਮੇਰਾ ਲਾਸਟ ਸੌਂਗ ਸੀ ਉਹ ਮੈਂ ਆਈਡੀਆ ਸ਼ੇਅਰ ਕੀਤਾ ਸੀ ਆਪਣੇ ਰਾਈਟਰ ਨਾਲ ਤੇ ਉਹਨੇ ਉਸੇ ਤਰੀਕੇ ਨਾਲ ਉਹਨੂੰ ਉਸ ਗਾਣੇ ਨੂੰ ਪਰੋਤਾ। ਕੰਗ੍ਰੈਚੁਲੇਸ਼ਨਸ ਕਰਮਾ ਨੂੰ ਵਾਸਤੇ, ਬਹੁਤ ਹੀ ਜ਼ਿਆਦਾ ਹਿੱਟ ਹੋਇਆ ਗਾਣਾ ਤੇ ਬਹੁਤ ਹੀ ਪਿਆਰਾ ਗਾਣਾ ਵੀ ਹੈ। ਤੇ ਨਵਜੀਤ ਜੀ ਇੱਕ ਹੋਰ ਸਵਾਲ ਸੀ, ਕਜਲਾ ਹੋਵੇ, ਵਪਾਰੀ ਨਜ਼ਰ, ਜੁੱਤੀ, ਕਰਮਾ ਨੂੰ, ਉਸ ਤੋਂ ਇਲਾਵਾ ਹੋਰ ਵੀ ਦੋ ਤਿੰਨ ਗਾਣੇ, ਸਾਰੇ ਗਾਣਿਆਂ ਦੀ ਵੀਡੀਓ ਤੁਸੀਂ ਆਰ ਸਵਾਮੀ ਜੀ ਕੋਲੋਂ ਸ਼ੂਟ ਕਰਵਾਈ, ਡਾਇਰੈਕਟਰ ਉਹਨੇ, ਕੀ ਐਸੋਸੀਏਸ਼ਨ ਹੈ ਉਹਨਾਂ ਨਾਲ ਤੁਹਾਡੀ? ਐਕਚੁਲੀ ਜੀ ਮੈਂ ਉਹ ਐਕਚੁਲੀ ਬਣਦੀ ਮੇਰੀ ਉਹਨਾਂ ਨਾਲ ਹੈਗੀ ਆ, ਕਈ ਵਾਰ ਨਾ ਬੰਦਾ ਕਲਿੱਕ ਕਰ ਜਾਂਦਾ ਹਨਾ, ਤੇ ਜਾਂ ਤੁਸੀਂ ਕਹਿ ਲਓ ਮੈਥੋਂ ਘੱਟ ਲੈ ਲੈਂਦੇ ਨੇ ਪੈਸੇ, ਤੇ ਬੇਸਿਕਲੀ ਕੀ ਆ ਉਹ ਸ਼ੁਰੂ ਤੋਂ ਨਾ ਜਦੋਂ ਮੈਂ ਤੁਹਾਨੂੰ ਦੱਸਦਾ, ਜਦੋਂ ਮੈਂ ਵਪਾਰੀ ਗੀਤ ਵਾਲੇ ਉਹਨਾਂ ਨੂੰ ਬੁਲਾਇਆ ਤੇ ਉਹਨਾਂ ਨੇ ਮੈਨੂੰ ਨੀ ਸੀ ਦੇਖਿਆ, ਠੀਕ ਹੈ ਜੀ, ਤੇ ਮੈਂ ਨੀ ਸੀ ਉਹਨਾਂ ਨੂੰ ਦੇਖਿਆ, ਤੇ ਉਦੋਂ ਜਦੋਂ ਵੀਜ਼ੇ ਵੂਜ਼ੇ ਲਾਏ ਤਾਂ ਮੈਨੂੰ ਸ਼ਕਲ ਦੀ ਚਲੋ ਪਿਛੇ ਪਛਾਣ ਹੋ ਗਈ ਸੀ ਉਹਨਾਂ ਦੀ, ਤੇ ਜਦੋਂ ਏਅਰਪੋਰਟ ਤੇ ਮੈਂ ਉਹਨਾਂ ਨੂੰ ਲੈਣ ਗਿਆ ਨਾ, ਤੇ ਕਹਿੰਦੇ ਭਾਜੀ ਜਦੋਂ ਤੁਸੀਂ ਮੈਂ ਟਰੈਕ ਭੇਜਿਆ ਜੀ ਮੈਂ ਸੁਣਿਆ, ਕਹਿੰਦਾ ਮੈਨੂੰ ਐਂ ਸੀ ਕਿ ਬਹੁਤ ਵੱਡੀ ਉਮਰ ਦਾ ਬੰਦਾ ਹੋਣਾ ਜਿਹਨੇ ਵਪਾਰੀ ਗੀਤ ਗਾਇਆ ਹੋਣਾ, ਤੇ ਤੁਸੀਂ ਯਾਰ ਹਲਕੇ ਜੇ ਤੁਸੀਂ ਕਿਵੇਂ ਏਦਾਂ ਦਾ ਗਾਣਾ ਨਾ, ਤੇ ਬਟ ਸਵਾਮੀ ਜੀ ਉਹਨਾਂ ਦਾ ਕੰਮ ਕਰਨ ਦਾ ਮੇਰਾ ਰੀਜ਼ਨ ਇਹ ਹੈ ਜੀ ਕਿ ਐਕਚੁਅਲੀ ਉਹ ਬਹੁਤ ਜ਼ਿਆਦਾ ਡੈਡੀਕੇਟਡ ਹਨਾ ਜੀ, ਤੇ ਉਹਨਾਂ ਨੂੰ ਕੰਮ ਕਢਾਉਣਾ ਆਉਂਦਾ ਹਨਾ, ਉਹ ਸ਼ਾਇਦ ਮੇਰੇ ਨਾਲੋਂ ਵੱਧ ਐਫਰਟ ਕਰਦੇ ਨੇ, ਉਹ ਬੰਦਾ ਇੱਦਾਂ ਮੈਂ ਪੈਸੇ ਲਈ ਕੰਮ ਨਹੀਂ ਕਰਦਾ, ਉਹ ਕੰਮ ਲਈ ਕੰਮ ਕਰਦਾ ਹਾਂਜੀ, ਤੇ ਸਿਰਫ ਇਹੀ ਰੀਜ਼ਨ ਆ ਕਿ ਮੇਰੀ ਹਮੇਸ਼ਾ ਪ੍ਰਾਇੋਰਟੀ ਹੁੰਦੀ ਕਿ ਮੈਂ ਸਭ ਤੋਂ ਪਹਿਲਾਂ ਸਵਾਮੀ ਜੀ ਦਾ ਕੰਮ ਕਰਾਂ। ਫੇਸਬੁੱਕ ਦੇ ਉੱਤੇ ਹੈ ਨਾ ਜੀ ਸਮੇਂ ਦੇ ਹਿਸਾਬ ਨਾਲ ਚੱਲਣਾ ਪੈਣਾ ਜਿਹਦੇ ਕੋਲ ਤਾਂ ਹੈਗੇ ਆ ਉਹ ਲਾ ਦਿੰਦੇ ਨੇ ਨਾਲ ਹਨਾ, ਤੇ ਮੇਰੇ ਖਿਆਲ ਇਸ ਵੇਲੇ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਸਿਰਫ ਚੈਨਲ ਦੇ ਉੱਤੇ ਐਡ ਲੱਗਦੀ ਹੁੰਦੀ ਸੀ, ਠੀਕ ਹੈ ਜੀ, ਹੁਣ ਯੂਟਿਊਬ ਦੇ ਉੱਤੇ ਲੱਗਦੀ ਆ, ਹੁਣ ਫੇਸਬੁੱਕ ਦੇ ਉੱਤੇ ਲੱਗਦੀ ਆ ਨਾ, ਤੇ ਕਿਉਂਕਿ ਮੈਨੂੰ ਲੱਗਦਾ ਕਿ ਹੁਣ ਆਪਣੇ ਹਰ ਇੱਕ ਕੋਲ ਫੋਨ ਹੱਥ ਚ ਹੈ ਨਾ, ਸਾਡੇ ਕੋਲ ਟੀਵੀ ਚੈਨਲ ਆਪਣੇ ਹੱਥ ਚ, ਬਿਲਕੁਲ, ਤੇ ਇਸ ਕਰਕੇ ਉਹ ਚੀਜ਼ਾਂ ਵੀ ਜ਼ਰੂਰੀ ਨੇ ਹੁਣ, ਹਾਂਜੀ ਬਿਲਕੁਲ ਜੀ ਬਿਲਕੁਲ, ਬਟ ਬਾਕੀ ਜਿਵੇਂ ਕੋਈ ਗੱਲ ਕਰਦਾ ਸੀ ਮੈਨੂੰ ਕੋਈ ਕਹਿੰਦਾ ਬਾਈ ਤੁਸੀਂ ਗਾਣਾ ਤੁਸੀਂ ਬਾਲਾ ਕਿਸੇ ਤੋਂ ਸ਼ੇਅਰ ਨੀ ਕਰਾਉਂਦੇ ਜਾਂ ਕਿੱਦਾਂ, ਮੈਨੂੰ ਮੈਨੂੰ ਏਦਾਂ ਲੱਗਦਾ ਕਿ
ਸ਼ਾਇਦ ਜਿਹੜੀ ਕਿ ਆਡੀਅੰਸ ਤਾਂ ਉਹੀ ਸੇਮ ਹੈ, ਹੈ ਨਾ, ਜੇ ਮੈਂ ਫੇਸਬੁੱਕ ਤੇ ਪਾ ਜਿਹਨੇ ਲੋਕਾਂ ਦਾ ਕੋਈ ਲੋਕ ਤਾਂ ਉਹੀ ਨੇ, ਜੇ ਮੇਰੀ ਚੀਜ਼ ਵਧੀਆ ਹੋਊਗੀ ਉਹਨਾਂ ਨੇ ਆਪੇ ਸ਼ੇਅਰ ਕਰ ਦੇਣੀ। ਆਹ ਗੀਤ ਵੀ ਲਾਇਕ ਹੈ ਨਾ ਜੀ, ਬਹੁਤ ਵਧੀਆ ਇਸ ਵੇਲੇ ਐਵਰੀ ਡੇ ਸ਼ੇਅਰ ਹੋ ਰਿਹਾ, ਮੈਨੂੰ ਫੋਨ ਕਾਲ ਆਉਂਦੀਆਂ ਨੇ ਇਸ ਗੀਤ ਦੀਆਂ, ਤੇ ਜੇ ਵਧੀਆ ਚੀਜ਼ ਆ ਉਹਨੂੰ ਕੋਈ ਰੋਕ ਨਹੀਂ ਸਕਦਾ। ਬਿਲਕੁਲ ਬਹੁਤ ਅੱਛਾ। ਤੇ ਨਵਜੀਤ ਵੀਰ ਜੀ, ਬਚਪਨ ਤੋਂ ਹੀ ਇਹ ਸੁਪਨਾ ਸੀ ਸਿੰਗਰ ਬਣਨ ਦਾ, ਜਾਂ ਫਿਰ ਬਾਦ ਵਿੱਚ ਖਿਆਲ ਆਇਆ, ਮਤਲਬ ਸਬੱਬ ਕਿੱਦਾਂ ਬਣਿਆ ਇਸ ਫੀਲਡ ਦੇ ਵਿੱਚ ਆਉਣ ਦਾ? ਬਚਪਨ ਤੋਂ ਜੀ, ਮੈਂ ਖਿਆਲ ਜਦੋਂ ਮੈਂ ਹੋਸ਼ ਸੰਭਾਲੀ ਸੀ। ਹਾਂਜੀ, ਤੇ ਉਹ ਤੋਂ ਜੀ। ਤੇ ਸ਼ੁਰੂਆਤ ਜੇ ਕਹਿ ਲਈਏ ਵੀ ਹਾਂ ਵੀ ਇੰਨੇ ਥਾਪੜਾ ਦੇ ਕੇ ਕਿਹਾ ਵੀ ਚੱਲ ਨਵਜੀਤ ਗਾਣਾ ਗਾ ਦੇ, ਉਹ ਸ਼ੁਰੂਆਤ ਕਿੱਥੋਂ ਹੋਈ? ਨਹੀਂ ਦੇਖੋ ਜੀ, ਮੈਂ ਮੇਰੇ ਖਿਆਲ ਸ਼ੁਰੂਆਤ 1x1 ਸਟੈਪ ਬਾਏ ਸਟੈਪ ਹੈ ਨਾ ਹੁੰਦੇ ਰਹੇ। ਐਕਚੁਅਲੀ ਘਰ ਚ ਕੋਈ ਗਾਉਣ ਵਾਲਾ ਸੀਗਾ ਨੀ, ਤੇ ਉਹ ਚੀਜ਼ ਦੀ ਡਿਫੀਕਲਟੀ ਰਹੀ ਕਿ ਮੈਨੂੰ ਥੋੜਾ ਲੇਟ ਹਰੇਕ ਚੀਜ਼ ਮਿਲੀ। ਤੇ ਬਚਪਨ ਤੋਂ ਗਾਉਣ ਦਾ ਸ਼ੌਂਕ ਸੀ ਪਰ ਪਤਾ ਨੀ ਸੀ ਸਟਾਰਟ ਕਿਵੇਂ ਕਰਨਾ। ਹਾਂਜੀ ਹਾਂ ਜੀ, ਬਸ ਇਸ ਬਾਬਤ ਬਣਦਾ ਰਿਹਾ। ਤੇ ਭਾਜੀ ਫਿਰ ਸਿਡਨੀ ਕਦੋਂ ਆਉਣਾ ਹੋਇਆ, ਸਿਡਨੀ ਕਦੋਂ ਆਏ ਤੁਸੀਂ? ਸਿਡਨੀ ਭਾਜੀ ਮੈਂ ਆਇਆ ਸੀ 2007 ਦਸੰਬਰ ਚ। ਓਕੇ, ਤੇ ਉਸ ਤੋਂ ਬਾਅਦ ਭਾਜੀ ਅਫੀਸ਼ੀਅਲ ਆਪਣੇ ਗਾਣੇ ਤੁਸੀਂ ਸ਼ੂਟ ਕਰਨੇ ਸ਼ੁਰੂ ਕੀਤੇ, ਲਾਂਚ ਕਰਨੇ ਸ਼ੁਰੂ ਕੀਤੇ, ਹੈ ਨਾ? ਹਾਂਜੀ, ਮੈਂ ਜਿਹੜੀ ਐਲਬਮ ਐਕਚੁਅਲੀ ਤੋਂ ਮੈਂ ਆਇਆ ਸੀਗਾ ਇੱਥੇ, ਉਸ ਤੋਂ ਪਹਿਲਾਂ ਵੀ ਮੇਰੀ ਇੱਕ ਐਲਬਮ ਆਈ ਸੀਗੀ ਉਸੇ ਸਾਲ ਹੀ 2007 ਪਰ ਉਹ ਫਲੋਪ ਹੋ ਗਈ ਸੀਗੀ। ਇੱਕ ਗਾਣਾ ਝੂਠੀ ਕਾਂਜੀ ਥੋੜਾ ਚੱਲ ਗਿਆ ਸੀ ਮਾੜਾ ਮੋਟਾ, ਬਟ ਫਿਰ ਉਦੋਂ ਆਏ ਸੀ ਮੈਂ ਕਿਹਾ ਯਾਰ ਖਰਚੇ ਖੁਰਚੇ ਨਿਕਲਣੇ ਨੀ ਹੈਗੇ, ਚਲੋ ਹੈ ਨਾ ਘਰ ਦੇਖ ਲਏ, ਕਹਿੰਦੇ ਸੀ ਨਾ ਕਿ ਦੇਖ ਲਾ ਜੇ ਤੂੰ ਨਾ, ਮੈਂ ਕਿਹਾ ਜੀ ਤੁਹਾਡੇ ਭਾਂਡੇ ਪਕਾਉਂਦਾ ਰਹਿਣ ਦੋ, ਅਸੀਂ ਮੈਨੂੰ ਬਾਹਰ ਭੇਜ ਦੋ, ਹੈ ਨਾ। ਤੇ ਚਲੋ ਮੈਂ ਬਾਹਰ ਆ ਗਿਆ, ਤੇ ਸ਼ਾਇਦ ਮੈਨੂੰ ਏਦਾਂ ਸੀ ਇੱਕ, ਮੈਂ ਕਿਹਾ ਯਾਰ ਹੈ ਨਾ ਕਿ ਬਾਹਰ ਆ ਕੇ ਮੇਰੀ ਪਹਿਲੀ ਪ੍ਰਾਇਓਰਟੀ ਕਿ ਹਨਾ ਆਪਣੇ ਪੈਰਾਂ ਤੇ ਹੋ ਜਾਈਏ, ਫਿਰ ਜੋ ਮਰਜ਼ੀ ਕਰੀਏ ਜੋ ਮਰਜ਼ੀ ਕਰੀਏ। ਤੇ ਨਵਜੀਤ ਭਾਜੀ ਬਾਕੀ, ਕਿਉਂਕਿ ਹੁਣ ਮੈਲਬਰਨ, ਸਿਡਨੀ, ਜਿੱਥੇ ਵੀ ਕੈਨੇਡਾ, ਇੰਗਲੈਂਡ, ਹਰ ਕਿਤੇ ਨਾ ਬਹੁਤ ਸਾਰੇ ਪੰਜਾਬੀ ਮੁੰਡੇ ਜਾਂਦੇ ਨੇ ਜਿਨ੍ਹਾਂ 'ਚ ਬਹੁਤ ਜ਼ਿਆਦਾ ਟੈਲੈਂਟ ਆ, ਉਹ ਵੀ ਸਿੰਗਰ ਬਣਨਾ ਚਾਹੁੰਦੇ ਨੇ, ਤੁਹਾਡੀ ਕੀ ਸੁਜੈਸ਼ਨ ਆ ਬਡਿੰਗ ਸਿੰਗਰਸ ਵਾਸਤੇ, ਕੀ ਪਹਿਲਾਂ ਸੈਟਲ ਹੋਣ ਉੱਥੇ ਜਾਂ ਪਹਿਲਾਂ ਇੰਡਸਟਰੀ 'ਚ ਆਉਣ ਦੀ ਕੋਸ਼ਿਸ਼ ਕਰਨ? ਦੇਖੋ ਜੀ, ਹਰੇਕ ਦੀ ਨਾ ਅਲੱਗ ਅਲੱਗ ਸਿਚੁਏਸ਼ਨ ਹੁੰਦੀ ਆ ਨਾ, ਫਾਈਨੈਂਸ਼ੀਅਲ ਸਿਚੁਏਸ਼ਨ, ਹਰੇਕ ਦੀ ਪ੍ਰਾਇਓਰਟੀਜ਼ ਅਲੱਗ ਅਲੱਗ ਹੁੰਦੀਆਂ ਨੇ ਹੈ ਨਾ। ਤੇ ਮੈਨੂੰ ਲੱਗਦਾ ਕਿ ਹਰੇਕ ਬੰਦੇ ਨੂੰ ਆਪਣੇ ਪ੍ਰਾਇਓਰਟੀਜ਼ ਦੇ ਹਿਸਾਬ ਨਾਲ ਚੱਲਣਾ ਚਾਹੀਦਾ। ਜੇ ਉਹਨੂੰ ਲੱਗਦਾ ਕਿ ਉਹਨੂੰ ਪਹਿਲਾਂ ਸੈੱਟ ਹੋਣ ਦੀ ਲੋੜ ਆ, ਪਹਿਲਾਂ ਸੈੱਟ ਹੋਵੇ ਫਿਰ ਗਾਵੇ, ਜੇ ਉਹਨੂੰ ਲੱਗਦਾ ਕਿ ਆਲਰੇਡੀ ਸਟਰੋਂਗ ਆ ਤਾਂ ਉਹਨੂੰ ਸਟ੍ਰੇਟ ਵੇ ਜੰਪ ਕਰ ਲੈਣਾ ਚਾਹੀਦਾ। ਤੇ ਦੈਟਸ ਹਾਊ ਇਟ ਇਜ਼ ਜੀ, ਏਦਾਂ ਹੀ ਹੈਗੀ ਹੈ ਗੇਮ, ਕਿਉਂਕਿ ਇਹ ਸਮੁੰਦਰ ਆ ਇਹ, ਹੈ ਨਾ ਜੀ। ਤੇ ਇਹਦੇ ਚ ਕੱਲਾ ਤੁਸੀਂ, ਬਾਕੀ ਦੇਖੋ ਮਾਲਕ ਹੱਥ ਡੋਰਾਂ ਨੇ, ਹੈ ਨਾ, ਜੇ ਉਹਨੇ ਜੋ ਲਿਖਿਆ ਉਹ ਉਸੇ ਤਰੀਕੇ ਨਾਲ ਹੋਣਾ ਜਿੰਨਾ ਮਰਜ਼ੀ। ਮੈਂ 2012 ਦੇ ਵਿੱਚ ਐਲਬਮ ਕਰਨ ਤੋਂ ਬਾਅਦ ਮੈਂ ਇੱਥੋਂ ਆਪਣਾ ਸਾਰਾ ਕੰਮ ਕਾਰ ਬੰਦ ਕਰਕੇ ਮੈਂ ਇੰਡੀਆ ਚਲੇ ਗਿਆ ਸੀ। ਓਕੇ, ਤੇ ਮੈਨੂੰ ਆਇਆ ਸੀ, ਮੈਂ ਕਿਹਾ ਕਿ ਮੈਂ ਤਾਂ ਜੀ ਹੁਣ ਜਾਂਦੀ ਪ੍ਰੋਗਰਾਮ ਸ਼ੁਰੂ ਨੇ, ਹੈ ਨਾ, ਆਪਾਂ ਐਲਬਮ ਕਰਤੀ ਜੇ ਉਹ, ਹੈ ਨਾ। ਬਟ ਜਦੋਂ ਉੱਥੇ ਜਾ ਕੇ ਵੇਖਿਆ, ਹੈ ਨਾ, ਉਹ ਚੀਜ਼ਾਂ ਕੁਛ ਹੋਰ ਸੀ, ਕਿਉਂਕਿ ਇਟ ਟੇਕਸ ਟਾਈਮ, ਹੈ ਨਾ, ਬਿਲਕੁਲ। ਤੇ ਹੈ ਨਾ ਜੀ, ਉਹ ਜਦੋਂ ਰਿਐਲਿਟੀ ਦੇ ਮੈਂ ਨੇੜੇ ਹੋਇਆ, ਹੈ ਨਾ, ਬਟ ਇਹ ਹੈ ਕਿ ਹਾਂ, ਮੈਂ ਜਦੋਂ ਇੰਡੀਆ ਮੈਂ ਟਾਈਮ ਲਾਇਆ ਕਿ ਉਸ ਚੀਜ਼ ਦੇ ਨਾਲ ਉਸ ਚੀਜ਼, ਹੈ ਨਾ ਜੀ। ਤੇ ਦੋ ਤਰੀਕੇ ਦੇ ਕਲਾਕਾਰ ਇੱਥੇ ਜਿਹੜੇ ਆਪਾਂ ਗੱਲ ਕਰ ਰਹੇ, ਮੈਂ ਤੁਹਾਡੀ ਉਸ ਗੱਲ ਦਾ ਜਵਾਬ ਦਿੰਦਾ ਕਿ ਹਿੱਟ ਹੁੰਦੇ ਨੇ ਜੀ। ਇੱਕ ਕਈ ਵਾਰੀ ਪਹਿਲੇ ਗੀਤ ਨਾਲ ਕਲਿੱਕ ਹੋ ਜਾਂਦੇ ਨੇ, ਜੇ ਦੂਜਾ ਆਰਟਿਸਟ ਜਿਹੜਾ ਕੰਟੀਨਿਊਟੀ ਨਾ ਛੱਡੇ ਉਹ ਤਾਂ ਹਿੱਟ ਹੋ ਜਾਂਦਾ, ਹੈ ਨਾ ਜੀ। ਦਰਮਿਆਨੇ ਜਿਹੜੇ ਹੁੰਦੇ ਨੇ ਉਹ ਨਾ ਇੱਧਰ ਦੇ ਨਾ ਉੱਧਰ ਦੇ, ਉਹ ਫਿਰ, ਹੈ ਨਾ ਜੀ, ਬਿਲਕੁਲ ਉਹ ਰਹਿ ਜਾਂਦੇ। ਤੇ ਨਵਜੀਤ ਭਾਜੀ, ਮੈਂ ਇੱਕ ਪੁੱਛਣਾ ਚਾਹੂੰਗਾ ਕਿ ਲੋਲੀ ਪੌਪ ਗਾਣਾ ਕਿਵੇਂ ਕੀਤਾ? ਮਤਲਬ ਵੀ ਉਹ ਮੈਂ ਵੀ ਪੁਨੀਤ ਅੱਗੇ ਵੇਖਣ ਦੇ ਸੀ, ਆਪਾਂ ਸੋਚੇ ਪਤਾ ਨਹੀਂ ਕਿਉਂ ਕੀਤਾ। ਐਕਚੁਅਲੀ ਉਹ ਗੀਤ ਮੇਰੇ ਪਹਿਲਾਂ ਤਾਂ ਮੈਨੂੰ ਸਭ ਤੋਂ ਪਛਤਾਵਾ ਗੀਤ ਦਾ ਹੈ ਕਿ ਮੈਂ ਆਪਣੀ ਜ਼ਿੰਦਗੀ ਚ ਉਹ ਕੀਤਾ। ਤੇ ਹਾਂਜੀ, ਬਸ ਮੈਂ ਤੁਹਾਨੂੰ ਇਹੀ ਕਹੂੰਗਾ, ਮੈਨੂੰ ਸਭ ਤੋਂ ਵੱਧ ਪਛਤਾਵਾ ਉਸ ਗੀਤ। ਐਕਚੁਅਲੀ ਕੀ ਹੁੰਦਾ, ਹਾਂਜੀ ਹਾਂਜੀ, ਜਦੋਂ ਤੁਸੀਂ ਤੁਹਾਨੂੰ ਕਈ ਵਾਰ ਐਂ ਲੱਗਦਾ ਕਿ ਯਾਰ ਇੱਕ ਦੋ ਗੀਤ ਚੱਲ ਜਾਂਦੇ ਨੇ, ਕਈ ਵਾਰ ਜੇ ਤੁਹਾਨੂੰ ਕੰਮ ਨਹੀਂ ਆ ਰਿਹਾ ਹੁੰਦਾ, ਤੁਸੀਂ ਤੁਹਾਡੇ ਜਾਂ ਤੁਸੀਂ ਸਲਾਹਕਾਰ ਵੱਧ ਜਾਂਦੇ ਨੇ, ਤੁਸੀਂ ਇੱਧਰ ਦੂਜੇ ਸਲਾਹਾਂ ਲੈਣ ਲੱਗ ਜਾਂਦੇ ਹੋ, ਫਿਰ ਉਸ ਸਲਾਹ ਦੇ ਵਿੱਚ ਸ਼ਾਇਦ ਕਿਤੇ ਨਾ ਕਿਤੇ ਤੁਸੀਂ ਡੋਲ ਜਾਂਦੇ ਹੋ ਕਿ ਨਹੀਂ ਯਾਰ ਮੈਨੂੰ ਤਾਂ ਆਪਦੇ ਉੱਦਾਂ ਦਾ ਗੀਤ ਕਰ ਜੇ ਸ਼ਾਇਦ, ਹੈ ਨਾ, ਇੱਕ ਭੁੱਖ ਹੁੰਦੀ ਆ ਸ਼ੌਹਰਤ ਦੀ ਜਾਂ ਦੌਲਤ ਦੀ, ਹੈ ਨਾ, ਕਿ ਸ਼ਾਇਦ ਉੱਦਾਂ ਦਾ ਕਰ ਲਈ ਉੱਦਾਂ ਦਾ ਚੱਲ ਜੂਗਾ। ਬਟ ਉਹ ਗੀਤ ਮੈਂ ਐਕਚੁਅਲੀ, ਮੈਨੂੰ ਲੱਗਦਾ ਮੇਰਾ ਸਭ ਤੋਂ ਗਲਤ ਡਿਸੀਜ਼ਨ ਸੀ, ਹੈ ਨਾ ਜੀ। ਤੇ ਉਸ ਤੋਂ ਬਾਅਦ ਫਿਰ ਮੇਰਾ ਨਾਲ ਹੀ ਮਹੀਨੇ ਬਾਅਦ ਜੁੱਤੀ ਗਣਾ ਆਇਆ ਸੀ, ਤੇ ਉਸ ਤੋਂ ਬਾਅਦ ਮੈਂ ਸੋਚਿਆ ਸੀ ਕਿ ਜਿਹੜੇ ਵੀ ਮੈਂ ਗੀਤ ਕਰੂੰਗਾ ਮੇਰੇ ਡਿਸੀਜ਼ਨ ਹੋਣਗੇ, ਹੈ ਨਾ, ਚੱਲੇ ਨਾ ਚੱਲੇ, ਪਸੰਦ ਆਵੇ ਨਾ ਆਵੇ, ਐਟਲੀਸਟ ਮੈਂ ਆਪਣੇ ਆਪ ਨੂੰ ਆਪ ਜਵਾਬ ਦੇਈ ਹਾਂ। ਕੀ ਬਾਤ ਹੈ ਨਵਜੀਤ ਭਾਜੀ, ਬਿਲਕੁਲ ਸਲਿਊਟ ਆ ਤੁਹਾਡੀ ਸੋਚ ਨੂੰ ਕਿ ਤੁਸੀਂ ਇੰਨੇ ਟ੍ਰਾਂਸਪੇਰੈਂਟ ਹੋ, ਤੁਸੀਂ ਦੱਸ ਰਹੇ ਹੋ ਕਿ ਹਾਂ ਗਲਤੀ ਕੀਤੀ ਆ ਤੇ ਉਹ ਦੁਬਾਰਾ ਨਹੀਂ ਕਰੂੰਗਾ, ਇਸੇ ਕਰਕੇ ਉਸ ਤੋਂ ਬਾਅਦ ਤੁਹਾਡੇ ਜਿੰਨੇ ਵੀ ਗਾਣੇ ਆ ਬਹੁਤ ਹੀ ਵਧੀਆ ਗਾਣੇ, ਬਹੁਤ ਹੀ ਜ਼ਿਆਦਾ ਖੂਬਸੂਰਤ। ਐਕਚੁਅਲੀ ਮੈਂ ਤੁਹਾਨੂੰ ਓਨੈਸਟਲੀ ਇੱਕ ਗੱਲ ਦੱਸਦਾ, ਉਹ ਇੱਕ ਇਹੋ ਜਿਹਾ ਗੀਤ ਸੀ ਜਿਸ ਗੀਤ ਦੀ ਮੇਰੀ ਮਾਂ ਨੇ ਵਧਾਈ ਨਹੀਂ ਸੀ ਦਿੱਤੀ, ਤੇ ਉਹਨੇ ਗੱਲ ਵੀ ਨਹੀਂ ਸੀ ਕੀਤੀ, ਹੈ ਨਾ। ਮੈਂ ਆਸਟ੍ਰੇਲੀਆ ਸੀ ਉਸ ਟਾਈਮ ਜਦੋਂ ਗਾਣਾ ਆਇਆ, ਤੇ ਉਹਨਾਂ ਨੇ 10 ਦਿਨ ਤੱਕ ਉਹ ਗੱਲ ਨਹੀਂ ਕੀਤੀ, ਉਹ ਗਾਣਾ ਲਾਂਚ ਹੋ ਰਿਹਾ ਟੀਵੀ ਤੇ ਚੱਲ ਰਿਹਾ, ਹੈ ਨਾ। ਤੇ ਫਿਰ ਮੈਂ 10 ਦਿਨ ਬਾਅਦ ਦਿੱਤੇ, ਮੈਂ ਕਿਹਾ ਵੀ ਗਾਣਾ ਆਇਆ ਤੁਸੀਂ, ਹੈ ਨਾ, ਵਧਾਈ ਨਹੀਂ, ਕਹਿੰਦੇ ਤੈਨੂੰ ਵੀ ਪਤਾ ਹੋਣਾ ਚਾਹੀਦਾ, ਹੈ ਨਾ। ਤੇ ਮੇਰੇ ਖਿਆਲ ਫਿਰ ਇਸ ਤੋਂ
ਨਹੀਂ ਨਵਜੀਤ ਭਾਅ ਜੀ, ਬਹੁਤ ਵਧੀਆ ਜੋ ਹੁਣ ਤੁਸੀਂ ਕੰਮ ਕਰ ਰਹੇ ਹੋ, ਬਹੁਤ ਵਧੀਆ ਮਨ ਵਿੱਚ ਵਸਣਾ ਸੱਜਣਾ, ਬਹੁਤ ਹੀ ਵਧੀਆ. ਆਸ ਕਰਦੇ ਹਾਂ ਕਿ ਕਾਫੀ ਜ਼ਿਆਦਾ ਹਿੱਟ ਹੋਵੇ, ਇਸ ਤੋਂ ਬਾਅਦ ਵੀ ਜਿੰਨੇ ਵੀ ਪ੍ਰੋਜੈਕਟ ਲੈ ਕੇ ਆਓ ਬਹੁਤ ਜ਼ਿਆਦਾ ਬਲੌਕਬਸਟਰ ਹਿੱਟ ਹੋਣ. ਭਾਅ ਜੀ ਅਪਕਮਿੰਗ ਪ੍ਰੋਜੈਕਟ ਬਾਰੇ ਦੱਸੋ ਕੋਈ, ਕਿ ਕਿੱਦਾਂ ਦਾ ਗਾਣਾ ਲੈ ਕੇ ਆ ਰਹੇ ਹੋ ਹੁਣ? ਭਾਅ ਜੀ ਮੈਂ ਨਾ ਐਕਚੁਅਲੀ ਮੈਂ ਥੋੜੇ ਅਣਖੀਲੇ ਗੀਤ ਜਿਵੇਂ ਕੀਤੇ ਹੋਏ ਨੇ, ਜੁੱਤੀ ਵਰਗੇ ਜਾਂ ਨਿਸ਼ਾਨਗੜੇ ਵਰਗੇ, ਮੈਂ ਸੈਡ ਰੋਮੈਂਟਿਕ ਕੀਤੇ ਹੋਏ ਨੇ, ਇੱਕ ਮੈਂ ਹਿੰਦੀ ਗੀਤ ਕਰਨਾ ਹੁਣ ਤੇ ਮੈਂ, ਹਾਂਜੀ ਮੈਂ ਉਹ ਸਾਰੀਆਂ ਚੀਜ਼ਾਂ ਮੈਂ ਛੇੜੇ ਹੋਏ ਨੇ, ਮੈਂ ਡਬਿੰਗ ਕੀਤੀ ਹੋਈ ਆ, ਜਿਵੇਂ ਜਿਵੇਂ ਮਿਊਜ਼ਿਕ ਬਣਦਾ ਆਈ ਜਾਊਗਾ ਹਨਾ ਜੀ, ਤੇ ਹਾਂਜੀ ਉਹ ਆਪਾਂ ਕਰੀ ਜਾਵਾਂਗੇ ਰਿਲੀਜ਼, ਮਤਲਬ ਕਿ ਇਸ 3-4 ਮਹੀਨੇ ਦੇ ਵਿੱਚ, 4 ਕੁ ਮਹੀਨੇ ਦੇ ਵਿੱਚ 2-3 ਗਾਣੇ ਪਲੈਨਡ ਹੈਗੇ ਨੇ ਜੀ ਰਿਲੀਜ਼ ਕਰਨ ਲਈ. ਓਕੇ, ਕੀ ਬਾਤ ਹੈ ਜੀ, ਕੀ ਬਾਤ ਭਾਅ ਜੀ, ਥੈਂਕ ਯੂ ਸਾਨੂੰ ਸਮਾਂ ਦੇਣ ਵਾਸਤੇ. ਤੇ ਅਸੀਂ ਸਾਰੇ ਲਿਸਨਰਸ ਨੂੰ ਕਹਿੰਦੇ ਕਿ ਤੁਸੀਂ ਵੀ YouTube ਤੇ ਜਾਓ, ਲਿਖੋ ਨਵਜੀਤ ਕਾਲੋਂ ਤੇ ਨਾਲ ਲਿਖੋ ਮਨ ਵਿੱਚ ਵਸਣਾ ਸੱਜਣਾ, ਤੇ ਬਾਕੀ ਵੀ ਗੀਤ ਸੁਣੋ, ਤੇ ਰੇਡੀਓ ਹਾਂਜੀ ਵੱਲੋਂ ਬਾਈ ਜੀ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਤੇ ਬਹੁਤ ਸਾਰਾ ਪਿਆਰ. ਸ਼ੁਕਰੀਆ ਬਾਈ ਜੀ ਟਾਈਮ ਦੇਣ ਦੇ ਲਈ. ਭਾਅ ਜੀ ਤੁਹਾਡਾ ਦੋਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਮੈਨੂੰ ਸਰੋਤਿਆਂ ਦੇ ਰੂਬਰੂ ਕੀਤਾ ਤੇ ਹਨਾ, ਹੋਪ ਆਪਾਂ ਵਧੀਆ ਗੱਲਾਂ ਬਾਤਾਂ ਹੋਈਆਂ ਜੀ, ਤੇ ਫੇਰ ਆਪਾਂ ਕਦੇ ਕਰਾਂਗੇ ਜੀ ਗੱਲਾਂ. ਥੈਂਕ ਯੂ. ਸ਼ੋਰ ਸ਼ੋਰ ਵੀ ਜੀ ਸ਼ੋਰ, ਜਦੋਂ ਵੀ ਤੁਸੀਂ ਮੈਲਬਨ ਆਓਗੇ ਸਾਡੇ ਸਟੂਡੀਓ ਬੈਠ ਕੇ ਆਪਾਂ ਹੋਰ ਵੀ ਲੰਬੇ ਸਮੇਂ ਦੀਆਂ ਗੱਲਾਂ ਬਾਤਾਂ ਜ਼ਰੂਰ ਕਰਾਂਗੇ. ਹਾਂਜੀ ਭਾਅ ਜੀ ਮੈਲਬਨ ਵਾਲੇ, ਮੈਂ ਲਾਸਟ ਵੀਕ ਹੀ ਸੀਗਾ. ਹਾਂਜੀ ਚਲੋ ਕੋਈ ਨੀ ਭਾਈ, ਦੱਸਿਆ ਨਹੀਂ, ਨੈਕਸਟ ਮੰਥ ਮੈਂ ਗਾਣਾ ਸ਼ੂਟ ਮੈਂ ਮੈਲਬਨ ਦਾ ਹੀ ਪਲਾਨ ਕੀਤਾ, ਮੈਂ ਮੈਲਬਨ ਹੀ ਕਰਨਾ ਜੀ, ਨਵਜੀਤ ਕਾਲੋਂ ਭਾਜੀ. ਤਾਂ ਇਹਨਾਂ ਦਾ ਹੁਣ ਆਪਾਂ ਇੱਕ ਗਾਣਾ ਚਲਾਉਂਦੇ ਹਾਂ ਜਿਹੜਾ ਥੋੜੇ ਮਹੀਨੇ ਪਹਿਲਾਂ ਆਇਆ ਸੀ ਕਰਮਾ ਨੂੰ, ਬਹੁਤ ਜ਼ਿਆਦਾ ਹਿੱਟ ਹੋਇਆ ਗਾਣਾ, ਤੁਸੀਂ ਸਾਰੇ ਉਹ ਵੀ ਇੰਜੋਏ ਕਰੋ ਤੇ ਦੱਸਿਓ ਕਿਵੇਂ ਲੱਗੇ ਤੁਹਾਨੂੰ ਇਹ ਸਾਰੇ ਗਾਣੇ. ਤੇ ਜ਼ਰੂਰ ਇੱਕ ਵਾਰੀ ਅਟਰਬਿਊਟ ਟੂ ਦਿਲਸ਼ਾਦ ਅਖਤਰ ਬਾਏ ਨਵਜੀਤ ਕਾਲੋਂ ਜ਼ਰੂਰ ਸੁਣਿਓ, ਜਾ ਕੇ ਯੂਟਿਊਬ ਤੇ ਸਰਚ ਕਰਿਓ, ਇਹਨਾਂ ਦੇ ਆਪਣੇ ਯੂਟਿਊਬ ਚੈਨਲ ਤੇ ਹੈਗਾ ਗਾਣਾ. ਤੇ ਆਪਾਂ ਇੱਕ ਗਾਣੇ ਤੋਂ ਬਾਅਦ ਫਿਰ ਵਿਸ਼ਾਲ ਛੋਟੀ ਬ੍ਰੇਕ ਵੀ ਲੈਂਦੇ ਹਾਂ ਤੇ ਉਸ ਤੋਂ ਬਾਅਦ ਵਾਪਸ ਆਉਂਦੇ ਹਾਂ. ਤੁਸੀਂ ਸੁਣਦੇ ਰਹੋ ਜੀ ਰੇਡੀਓ ਹਾਂਜੀ 1674. ਤੇ ਸ਼ੋਅ ਚੱਲਦਾ ਪਿਆ ਜੀ ਟ੍ਰਿਪਲ ਐਸ ਸੈਟਰਡੇ ਸਪੈਸ਼ਲ ਸ਼ੋਅ.